ਬਾਅਦ ਸਭ ਤੋਂ ਪਹਿਲਾਂ ਆਪਾਂ ਮੈਜਰਮੈਂਟਸ ਕਰਾਂਗੇ ਆਈਬ੍ਰੋਜ਼ ਦੇ। ਆਪਣੇ ਨੋਜ਼ ਦੇ ਦੋ ਆਰਕ ਹੁੰਦੇ ਨੇ, ਇੱਥੇ ਰੱਖਾਂਗੇ ਆਈਬ੍ਰੋ ਪੈਨਸਿਲ ਬਿਲਕੁਲ ਸਟ੍ਰੇਟ। ਇੱਥੋਂ ਇੱਕ ਮਾਰਕ ਲਗਾ ਲਾਂਗੇ, ਆਪਣਾ ਹੋ ਗਿਆ ਸਟਾਰਟਿੰਗ ਪੁਆਇੰਟ ਕਿ ਇਸ ਤੋਂ ਇੱਧਰਲੇ ਹੇਅਰ ਰਿਮੂਵ ਕਰਦੇ ਨੇ, ਇੱਧਰਲੇ ਨਹੀਂ ਕਰਨਾ। ਠੀਕ ਹੈ, ਸੇਮ ਐਜ਼ ਇੱਧਰਲੇ ਸਾਈਡ ਤੋਂ ਇੱਧਰਲਾ ਪੁਆਇੰਟ ਆ ਗਿਆ ਤੁਹਾਡੇ ਕੋਲ। ਜੀ ਮੈਮ, ਇਹ ਕਿਵੇਂ ਪਤਾ ਲੱਗੂਗਾ ਆਪਾਂ ਨੂੰ? ਇਹ ਆਹ ਪਾਰਟ 'ਤੇ ਜਿਵੇਂ ਦੇਖੋ, ਸਭ ਦੇ ਹੁੰਦੇ ਆਰਕ ਇੱਥੇ ਮੇਰੇ ਆ, ਇਹਨਾਂ ਦੇ ਆ, ਹੈ ਨਾ, ਉੱਥੇ ਉੱਥੇ ਰੱਖਣਾ ਹੈ ਆਪਾਂ ਸਟ੍ਰੇਟ ਬਿਲਕੁਲ। ਉਸ ਤੋਂ ਬਾਅਦ ਨੋਜ਼ ਕੋਰਨਰ 'ਤੇ ਰੱਖਣਾ ਬਿਲਕੁਲ, ਉੱਪਰ ਦੇਖਿਓ, ਸਿੱਧੇ ਦੇਖੋ ਆਪਣੀ ਆਈਬ੍ਰੋ ਦਾ ਜਿੱਥੇ ਹਾਈਐਸਟ ਪੁਆਇੰਟ ਤੁਹਾਨੂੰ ਲੱਗ ਰਿਹਾ ਆਹ ਪਾਰਟ, ਇਹ ਆਊਗਾ ਇਹਨਾਂ ਦਾ ਆਰਕ ਪੁਆਇੰਟ। ਇਹ ਰੱਖ ਦੇ ਮੈਮ ਅਲੱਗ ਅਲੱਗ ਹੁੰਦਾ ਵੀ ਸਭ ਦੇ ਅਲੱਗ, ਕਿਸੇ ਦੇ ਆਈਬ੍ਰੋਜ਼ ਦੇ ਹਾਈਐਸਟ ਪੁਆਇੰਟ ਇੱਥੇ ਹੁੰਦਾ ਜਿਵੇਂ, ਹੈ ਨਾ, ਇਹਨਾਂ ਥੋੜ੍ਹਾ ਬੈਕ 'ਤੇ ਜਾ ਕੇ ਬਿਲਕੁਲ, ਤੁਹਾਡੇ ਥੋੜ੍ਹਾ ਜਿਹਾ ਇੱਥੇ ਆ, ਮਤਲਬ ਸਭ ਦੇ ਅਲੱਗ ਅਲੱਗ ਹੁੰਦਾ। ਹੁਣ ਸਭ ਦੀ ਜਿਵੇਂ ਕਿ ਸ਼ੇਪ ਇੱਕ ਨੈਚੁਰਲੀ ਬਣੀ ਹੁੰਦੀ ਆਪਾਂ ਉਹੀ ਰੱਖਾਂਗੇ ਸ਼ੇਪ ਤਾਂ। ਹੁਣ ਕਿਉਂਕਿ ਇਹਨਾਂ ਦੇ ਇੱਥੇ ਮੰਨ ਲਓ ਇੱਥੇ ਰੱਖ ਦੀ, ਅਗਰ ਮੈਂ ਆਰਕ ਇੱਥੇ ਇਹਨਾਂ ਦੇ ਹੇਅਰ ਹੀ ਹੈ ਨਹੀਂ, ਮੈਂ ਹੇਅਰ ਕਿਵੇਂ ਲਗਾ ਦੂੰਗੀ ਇਹਨਾਂ ਦੇ, ਇੱਥੇ ਜਿੱਥੇ ਹੈਗੇ ਆਪਾਂ ਉੱਥੇ ਆਰਕ ਰੱਖਾਂਗੇ। ਉਸ ਤੋਂ ਬਾਅਦ ਸੇਮ ਕੋਰਨਰ 'ਤੇ ਇੱਧਰੋਂ ਆਈ ਕੋਰਨਰ ਬਿਲਕੁਲ ਆਪਣਾ ਲਾਸਟ ਵਾਲਾ ਪੁਆਇੰਟ। ਠੀਕ ਹੈ, ਆਵਲਾ ਪੁਆਇੰਟ ਅਤੇ ਆਲਾ ਪੁਆਇੰਟ ਇਕੁਅਲ ਹੋਣਾ ਚਾਹੀਦਾ। ਠੀਕ ਹੈ, ਉਸ ਤੋਂ ਬਾਅਦ ਇਹਨਾਂ ਨੂੰ ਮੈਂ ਸਟ੍ਰੇਟ ਲਾਈਨਸ ਦੇ ਨਾਲ ਮੀਟ ਕਰ ਦੂੰਗੀ। ਆਪਣੇ ਕੋਲ ਨੈਚੁਰਲ ਆਈਬ੍ਰੋ ਦੇ ਸ਼ੇਪਸ ਆ ਜਾਂਦੇ। ਪਹਿਲਾਂ ਆਪਾਂ ਕਟਿੰਗ ਕਰਾਂਗੇ, ਸੀਜ਼ਰ ਦਿਓ ਮੈਨੂੰ, ਸੀਜ਼ਰ ਕਿੱਥੇ ਉਤਰੀ ਉੱਥੇ। ਹੁਣ ਜੋ ਆਪਾਂ ਲਾਈਨਸ ਡਰਾ ਕਰੀਆਂ ਸੀ ਉਹਨਾਂ ਨੂੰ ਫੋਲੋ ਕਰਕੇ ਸਭ ਤੋਂ ਪਹਿਲਾਂ ਮੈਮ ਉੱਪਰ, ਪਹਿਲਾਂ ਆਪਾਂ ਉੱਪਰ ਇੱਕ ਸ਼ੇਪ ਕਲੀਅਰ ਕਰ ਲੈਂਦੇ ਹਾਂ। ਠੀਕ, ਤੁਸੀਂ ਨੀਚੋਂ ਵੀ ਸਟਾਰਟ ਕਰ ਸਕਦੇ ਹੋ ਜੇ ਤੁਹਾਨੂੰ ਮਤਲਬ, ਹੈ ਨਾ, ਹੋ ਗਿਆ ਕਲੀਅਰ ਸਾਰਾ ਕੁਛ। ਲਾਈਟਸ ਘੱਟ ਆ, ਹੁਣ ਨਹੀਂ ਹੋਣਾ ਲਾਈਟਸ। ਟੌਰਚ ਔਨ ਕਰ ਲਓ ਕੋਈ ਉਹਨਾਂ ਫੋਨ ਦੀ, ਜਿੰਨੀ ਟੌਰਚ ਔਨ ਕਰਦੇ ਸੀ। ਇਸ ਤੋਂ ਬਾਅਦ ਮੈਂ ਸੈਂਟਰ ਕਲੀਨ ਕੀਤਾ। ਨੀਚੇ ਕਰਨਾ ਪਊਗਾ ਮੈਨੂੰ ਦੀ ਵੀ ਹਾਂਜੀ ਮੈਮ।